ਕੱਲ੍ਹ ਦੀ ਇੱਕ ਚੰਗੀ ਖਬਰ ਦੇਖਣ ਨੂੰ ਮਿਲੀ, ਜਿਹੜੀ ਕਿ ਦੇਸ਼ ਦਾ ਇੱਕ NGT ਜਿਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਿਹਾ ਜਾਂਦਾ, ਜਿਹੜਾ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦਾ, ਬੜੇ ਲੰਬੇ ਸਮੇਂ ਤੋਂ ਪੰਜਾਬ ਲਈ, ਪੰਜਾਬ ਦੇ ਕਿਸਾਨੀ ਲਈ, ਖਾਸ ਤੌਰ 'ਤੇ ਜਿਹੜੀ ਕਿਸਾਨੀ ਸਿੱਖ ਹੈ ਉਹਨਾਂ ਨੂੰ ਬਦਨਾਮ ਕਰਨ ਦੀਆਂ ਵੱਡੀਆਂ ਸੁਰਖੀਆਂ ਅਤੇ ਵੱਡੇ ਵੱਡੇ ਦਮਗਜੇ ਅਤੇ ਵੱਡੇ ਵੱਡੇ ਇਲਜ਼ਾਮ ਜਿਹੜੇ ਆ ਇਹ ਦਿੱਲੀ ਦੀ ਸਰਕਾਰ ਵੱਲੋਂ ਲਾਏ ਜਾਂਦੇ ਰਹੇ, ਜਿਹਦੇ ਵਿੱਚ ਸਭ ਤੋਂ ਮੋਹਰੀ ਮੈਂ ਕਹਿ ਰਿਹਾ ਕਿ ਕੇਜਰੀਵਾਲ ਵੱਲੋਂ ਇਹ ਗੱਲਾਂ ਉਠਾਈਆਂ ਜਾਂਦੀਆਂ ਰਹੀਆਂ, ਜਦੋਂ ਕਿ ਇਹ ਕੇਜਰੀਵਾਲ ਪੰਜਾਬ ਦੇ ਵਿੱਚੋਂ 92 ਸੀਟਾਂ ਜਿਤਾ ਕੇ ਆਪਣਾ ਇੱਕ ਮੁੱਖ ਮੰਤਰੀ ਬਣਾ ਚੁੱਕਿਆ। ਪਰ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੀ ਨਹੀਂ ਆਈ ਕਿ ਜਿਸ ਪੰਜਾਬ ਨੂੰ, ਗੁਰੂਆਂ ਪੀਰਾਂ ਦੀ ਧਰਤੀ ਨੂੰ, ਜਿਹਨਾਂ ਸਿੱਖਾਂ ਨੂੰ ਤੁਸੀਂ ਬਦਨਾਮ ਕਰ ਰਹੇ ਹੋ, ਉਹ ਇਸ ਗੱਲ ਦੇ ਦੋਸ਼ੀ ਨਹੀਂ ਹੈ। ਹਰ ਵੇਰ ਦਿੱਲੀ ਦੀ ਆਪਣੇ ਕਹਿੰਦੇ ਹੁੰਦੇ ਆ ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਨੂੰ ਨਾ ਲੱਭ ਕੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦਾ ਜਿਹੜਾ ਰਿਵਾਜ਼ ਪਿਛਲੇ ਸਮੇਂ ਬਣਿਆ, ਭਾਵੇਂ ਕੋਈ ਵੀ ਸਰਕਾਰ ਆਈ ਆ, ਮੈਨੂੰ ਲੱਗਦਾ ਕਿ ਇਹ ਜਿਵੇਂ ਕਰੋਨਾ ਵੇਲੇ ਜਿਹੜੀ ਆ ਤਬਲੀਗੀ ਜਮਾਤ ਮੁਸਲਮਾਨਾਂ ਦੀ ਹਜ਼ੂਰ ਸਾਹਿਬ ਤੋਂ ਆਏ ਸਿੱਖ ਯਾਤਰੂਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ, ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਲਈ ਜਿਹੜੀ ਪਿਛਲੇ ਸਮੇਂ ਬਿਆਨਬਾਜ਼ੀ ਆਉਂਦੀ ਰਹੀ। ਅਤੇ ਕੱਲ੍ਹ ਜਿਹੜਾ NGT ਦਾ ਜਿਹੜਾ ਇੱਕ ਜੱਜ ਜਿਹਨਾਂ ਨੇ ਇਹ ਗੱਲ ਸੁਣਾਈ ਅਤੇ ਇਹ ਗੱਲ ਮਜ਼ਾਕ ਨਾਲ ਕਹੀ ਕਿ ਕਿਵੇਂ ਪੰਜਾਬ ਦਾ ਜਿਹੜਾ ਧੂੰਆਂ ਵਾ ਉਹ ਹਰਿਆਣਾ ਦੇ ਉੱਪਰ ਦੀ ਹੋ ਕੇ ਦਿੱਲੀ ਵਿੱਚ ਚਲਾ ਜਾਂਦਾ, ਅਤੇ ਇਹ ਗੱਲ ਚੰਗੀ ਲੱਗੀ। ਪਰ ਇਸ ਗੱਲ ਦਾ ਅਫਸੋਸ ਵੀ ਆ ਕਿ ਇਹ ਬਹੁਤ ਦੇਰ ਬਾਅਦ ਇਸ ਗੱਲ ਦੀ ਜਾਂਚ ਕੀਤੀ ਗਈ, ਪਰ ਫਿਰ ਵੀ ਕਹਿੰਦੇ ਦੇਰ ਆਏ ਦਰੁਸਤ ਆਏ। ਅਸੀਂ ਉਹਨਾਂ ਦਾ ਇਸ ਗੱਲ 'ਤੇ ਸਨਮਾਨ ਕਰਦੇ ਹਾਂ ਕਿ ਉਹਨਾਂ ਨੇ ਨਿਰਣਾ ਕੀਤਾ ਕਿ ਇਹ ਸਾਰੀਆਂ ਕਿਸੇ ਵੀ ਤਰ੍ਹਾਂ ਦੀ ਗੱਲ ਦੇ ਵਿੱਚ ਪੰਜਾਬ ਦੋਸ਼ੀ ਨਹੀਂ ਹੁੰਦਾ, ਤੁਸੀਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜੋ ਕਰਦੇ ਹੋ, ਪਰ ਅਸਲੀਅਤ ਕੁਛ ਹੋਰ ਹੈ, ਕਦੇ ਪੰਜਾਬ ਨੂੰ ਵੱਖਵਾਦੀ, ਕਦੇ ਪੰਜਾਬ ਨੂੰ ਅੱਤਵਾਦੀ, ਕਦੇ ਪੰਜਾਬ ਦਾ ਧੂੰਆਂ ਜਿਹੜਾ ਉਹ ਦਿੱਲੀ 'ਚ ਜਿਹੜਾ ਗੈਸ ਚੈਂਬਰ ਦੇ ਤੌਰ 'ਤੇ ਦਰਸਾਇਆ ਜਾਂਦਾ। ਪਰ ਅੱਜ ਇਹ ਗੱਲ ਕਲੀਅਰ ਹੋ ਗਈ, ਸੁਪਰੀਮ ਕੋਰਟ ਦੇ ਜਿਹੜੇ ਸਾਬਕਾ ਜੱਜ ਆ ਜਿਹੜੇ ਉਸ ਟ੍ਰਿਬਿਊਨਲ ਦੇ ਨਾਲ, ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਕਿ ਪੰਜਾਬ ਦੇ ਧੂੰਏ ਨਾਲ ਦਿੱਲੀ ਵਿੱਚ ਪੋਲਿਊਸ਼ਨ ਨਹੀਂ ਫੈਲਦਾ, ਭਾਵੇਂ ਕਿ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਵਾਤਾਵਰਨ ਜਿਹੜਾ ਸ਼ੁੱਧ ਹੋਣਾ ਚਾਹੀਦਾ, ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਅਸੀਂ ਉਹਦੇ ਲਈ ਮਿਹਨਤ ਕਰੀਏ, ਸਰਕਾਰਾਂ ਆਪਣਾ ਬਣਦਾ ਫਰਜ਼ ਅਦਾ ਕਰਨ। ਪਰ ਅੱਜ ਇੱਕ ਗੱਲ ਹੋਰ ਸਾਹਮਣੇ ਆਈ, ਮੈਂ ਇਹ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਅੱਜ ਟ੍ਰਿਬਿਊਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਦੇਖਦਿਆਂ ਹੋਇਆਂ, ਕੇਜਰੀਵਾਲ ਅਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀਆਂ ਬੜੀਆਂ ਬਾਹਾਂ ਖੜੀਆਂ ਕਰਕੇ ਪੰਜਾਬ ਨੂੰ ਬਦਨਾਮ ਕਰਦੀ ਸੀ, ਪੰਜਾਬ ਦੀ ਕਿਸਾਨੀ ਨੂੰ ਬਦਨਾਮ ਕਰਦੀ ਸੀ, ਸਿੱਖਾਂ ਨੂੰ ਬਦਨਾਮ ਕਰਦੀ ਸੀ, ਉਹ ਅੱਜ ਮਾਫ਼ੀ ਮੰਗਣ ਤਾਂ ਕਿ ਜਿਹੜੇ ਪਿਛਲੇ ਸਮੇਂ 'ਚ ਹੋਰ ਵੀ ਪਾਰਟੀਆਂ ਨੇ ਲਾਏ ਇਲਜ਼ਾਮ ਆ ਉਹ ਗੱਲ ਸਾਹਮਣੇ ਆ ਗਈ ਆ। ਕੱਲ੍ਹ ਦੀ ਇੱਕ ਚੰਗੀ ਖਬਰ ਦੇਖਣ ਨੂੰ ਮਿਲੀ, ਜਿਹੜੀ ਕਿ ਦੇਸ਼ ਦਾ ਇੱਕ NGT ਜਿਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਿਹਾ ਜਾਂਦਾ, ਜਿਹੜਾ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦਾ, ਬੜੇ ਲੰਬੇ ਸਮੇਂ ਤੋਂ ਪੰਜਾਬ ਲਈ, ਪੰਜਾਬ ਦੇ ਕਿਸਾਨੀ ਲਈ, ਖਾਸ ਤੌਰ 'ਤੇ ਜਿਹੜੀ ਕਿਸਾਨੀ ਸਿੱਖ ਹੈ ਉਹਨਾਂ ਨੂੰ ਬਦਨਾਮ ਕਰਨ ਦੀਆਂ ਵੱਡੀਆਂ ਸੁਰਖੀਆਂ ਅਤੇ ਵੱਡੇ ਵੱਡੇ ਦਮਗਜੇ ਅਤੇ ਵੱਡੇ ਵੱਡੇ ਇਲਜ਼ਾਮ ਜਿਹੜੇ ਆ ਇਹ ਦਿੱਲੀ ਦੀ ਸਰਕਾਰ ਵੱਲੋਂ ਲਾਏ ਜਾਂਦੇ ਰਹੇ, ਜਿਹਦੇ ਵਿੱਚ ਸਭ ਤੋਂ ਮੋਹਰੀ ਮੈਂ ਕਹਿ ਰਿਹਾ ਕਿ ਕੇਜਰੀਵਾਲ ਵੱਲੋਂ ਇਹ ਗੱਲਾਂ ਉਠਾਈਆਂ ਜਾਂਦੀਆਂ ਰਹੀਆਂ, ਜਦੋਂ ਕਿ ਇਹ ਕੇਜਰੀਵਾਲ ਪੰਜਾਬ ਦੇ ਵਿੱਚੋਂ 92 ਸੀਟਾਂ ਜਿਤਾ ਕੇ ਆਪਣਾ ਇੱਕ ਮੁੱਖ ਮੰਤਰੀ ਬਣਾ ਚੁੱਕਿਆ। ਪਰ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੀ ਨਹੀਂ ਆਈ ਕਿ ਜਿਸ ਪੰਜਾਬ ਨੂੰ, ਗੁਰੂਆਂ ਪੀਰਾਂ ਦੀ ਧਰਤੀ ਨੂੰ, ਜਿਹਨਾਂ ਸਿੱਖਾਂ ਨੂੰ ਤੁਸੀਂ ਬਦਨਾਮ ਕਰ ਰਹੇ ਹੋ, ਉਹ ਇਸ ਗੱਲ ਦੇ ਦੋਸ਼ੀ ਨਹੀਂ ਹੈ। ਹਰ ਵੇਰ ਦਿੱਲੀ ਦੀ ਆਪਣੇ ਕਹਿੰਦੇ ਹੁੰਦੇ ਆ ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਨੂੰ ਨਾ ਲੱਭ ਕੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦਾ ਜਿਹੜਾ ਰਿਵਾਜ਼ ਪਿਛਲੇ ਸਮੇਂ ਬਣਿਆ,
ਭਾਵੇਂ ਕੋਈ ਵੀ ਸਰਕਾਰ ਆਈਆਂ। ਮੈਨੂੰ ਲੱਗਦਾ ਕਿ ਇਹ ਜਿਵੇਂ ਕਰੋਨਾ ਵੇਲੇ ਜਿਹੜੀ ਆ ਤਬਲੀਗੀ ਜਮਾਤ ਮੁਸਲਮਾਨਾਂ ਦੀ ਹਜ਼ੂਰ ਸਾਹਿਬ ਤੋਂ ਆਏ ਸਿੱਖ ਯਾਤਰੂਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ, ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਲਈ ਜਿਹੜੀ ਪਿਛਲੇ ਸਮੇਂ ਬਿਆਨਬਾਜ਼ੀ ਆਉਂਦੀ ਰਹੀ। ਅਤੇ ਕੱਲ੍ਹ ਜਿਹੜਾ NGT ਦਾ ਜਿਹੜਾ ਇੱਕ ਜੱਜ ਜਿਹਨਾਂ ਨੇ ਇਹ ਗੱਲ ਸੁਣਾਈ ਅਤੇ ਇਹ ਗੱਲ ਮਜ਼ਾਕ ਨਾਲ ਕਹੀ ਕਿ ਕਿਵੇਂ ਪੰਜਾਬ ਦਾ ਜਿਹੜਾ ਧੂੰਆਂ ਵਾ ਉਹ ਹਰਿਆਣਾ ਦੇ ਉੱਪਰ ਦੀ ਹੋ ਕੇ ਦਿੱਲੀ ਵਿੱਚ ਚਲਾ ਜਾਂਦਾ, ਅਤੇ ਇਹ ਗੱਲ ਚੰਗੀ ਲੱਗੀ। ਪਰ ਇਸ ਗੱਲ ਦਾ ਅਫਸੋਸ ਵੀ ਆ ਕਿ ਇਹ ਬਹੁਤ ਦੇਰ ਬਾਅਦ ਇਸ ਗੱਲ ਦੀ ਜਾਂਚ ਕੀਤੀ ਗਈ, ਪਰ ਫਿਰ ਵੀ ਕਹਿੰਦੇ ਦੇਰ ਆਏ ਦਰੁਸਤ ਆਏ। ਅਸੀਂ ਉਹਨਾਂ ਦਾ ਇਸ ਗੱਲ 'ਤੇ ਸਨਮਾਨ ਕਰਦੇ ਹਾਂ ਕਿ ਉਹਨਾਂ ਨੇ ਨਿਰਣਾ ਕੀਤਾ ਕਿ ਇਹ ਸਾਰੀਆਂ ਕਿਸੇ ਵੀ ਤਰ੍ਹਾਂ ਦੀ ਗੱਲ ਦੇ ਵਿੱਚ ਪੰਜਾਬ ਦੋਸ਼ੀ ਨਹੀਂ ਹੁੰਦਾ। ਤੁਸੀਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜੋ ਕਰਦੇ ਹੋ, ਪਰ ਅਸਲੀਅਤ ਕੁਛ ਹੋਰ ਹੈ। ਕਦੇ ਪੰਜਾਬ ਨੂੰ ਵੱਖਵਾਦੀ, ਕਦੇ ਪੰਜਾਬ ਨੂੰ ਅੱਤਵਾਦੀ, ਕਦੇ ਪੰਜਾਬ ਦਾ ਧੂੰਆਂ ਜਿਹੜਾ ਉਹ ਦਿੱਲੀ 'ਚ ਜਿਹੜਾ ਗੈਸ ਚੈਂਬਰ ਦੇ ਤੌਰ 'ਤੇ ਦਰਸਾਇਆ ਜਾਂਦਾ, ਪਰ ਅੱਜ ਇਹ ਗੱਲ ਕਲੀਅਰ ਹੋ ਗਈ। ਸੁਪਰੀਮ ਕੋਰਟ ਦੇ ਜਿਹੜੇ ਸਾਬਕਾ ਜੱਜ ਆ ਜਿਹੜੇ ਉਸ ਟ੍ਰਿਬਿਊਨਲ ਦੇ ਨਾਲ, ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਕਿ ਪੰਜਾਬ ਦੇ ਧੂੰਏ ਨਾਲ ਦਿੱਲੀ ਵਿੱਚ ਪੋਲਿਊਸ਼ਨ ਨਹੀਂ ਫੈਲਦਾ। ਭਾਵੇਂ ਕਿ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਵਾਤਾਵਰਨ ਜਿਹੜਾ ਸ਼ੁੱਧ ਹੋਣਾ ਚਾਹੀਦਾ, ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਅਸੀਂ ਉਹਦੇ ਲਈ ਮਿਹਨਤ ਕਰੀਏ, ਸਰਕਾਰਾਂ ਆਪਣਾ ਬਣਦਾ ਫਰਜ਼ ਅਦਾ ਕਰਨ। ਪਰ ਅੱਜ ਇੱਕ ਗੱਲ ਹੋਰ ਸਾਹਮਣੇ ਆਈ। ਮੈਂ ਇਹ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਅੱਜ ਟ੍ਰਿਬਿਊਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਦੇਖਦਿਆਂ ਹੋਇਆਂ, ਕੇਜਰੀਵਾਲ ਅਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀਆਂ ਬੜੀਆਂ ਬਾਹਾਂ ਖੜੀਆਂ ਕਰਕੇ ਪੰਜਾਬ ਨੂੰ ਬਦਨਾਮ ਕਰਦੀ ਸੀ, ਪੰਜਾਬ ਦੀ ਕਿਸਾਨੀ ਨੂੰ ਬਦਨਾਮ ਕਰਦੀ ਸੀ, ਸਿੱਖਾਂ ਨੂੰ ਬਦਨਾਮ ਕਰਦੀ ਸੀ, ਉਹ ਅੱਜ ਮਾਫ਼ੀ ਮੰਗਣ ਤਾਂ ਕਿ ਜਿਹੜੇ ਪਿਛਲੇ ਸਮੇਂ 'ਚ ਹੋਰ ਵੀ ਪਾਰਟੀਆਂ ਲਾਏ ਇਲਜ਼ਾਮ ਹੈ ਉਹ ਗੱਲ ਸਾਹਮਣੇ ਆ ਗਈ ਆ।